ਆਪਣੇ ਤੇ ਚੰਡੀਗੜ੍ਹ 'ਚ ਸਿਰਫ ਇਹ ਇੱਕੋ ਆ ਅਤੇ ਪੂਰੇ ਭਾਰਤ ਦੇ ਵਿੱਚ ਸਿਰਫ 46 ਨੇ ਅਤੇ ਜਿਨ੍ਹਾਂ 'ਚੋਂ ਸਿਰਫ 26-27 ਚੱਲਦੇ ਆ। ਜ਼ੋਸ਼ਟੇ ਦੋਹੇ ਲਾਏ ਜਿਹੜੇ ਵਰਕਿੰਗ ਨੇ, ਧੂੰਆਂ ਦੋਨਾਂ 'ਚੋਂ ਨਿਕਲਦਾ, ਦੋਹਾਂ 'ਚੋਂ ਧੂੰਆਂ ਨਿਕਲਦਾ ਵੀਰੇ ਜੀ, ਅਤੇ ਦੋਨੇ ਵਰਕਿੰਗ ਨੇ। 6 ਸਿਲੰਡਰ ਹੈ ਨਾ ਇਹ? 6 ਸਿਲੰਡਰ ਹੈ, 4x4 ਫੁੱਲ ਟਾਈਮ 4x4 ਹੈ। ਅੱਛਾ, ਹਾਂ ਫੁੱਲ ਟਾਈਮ ਹੈ, ਮਤਲਬ ਇਹ ਨਹੀਂ ਹੈ ਵੀ ਕੋਈ ਅਲੱਗ ਤੋਂ ਕਲੱਚ ਲੀਵਰ ਨਹੀਂ ਦਿੱਤਾ, ਫੁੱਲ ਟਾਈਮ 4x4 ਜਦੋਂ ਚੱਲਣਾ ਦਾ 4x4 ਹੀ ਚੱਲ ਰਿਹਾ ਵੀਰੇ। ਅੱਛਾ, ਇਹ 2 ਲੱਖ ਦੇ ਦਾ ਟਾਇਰ ਹੈ। ਅੱਛਾ, ਇਹਨੂੰ ਲੱਗੇ ਹੋਏ ਆ। ਅੱਛਾ, ਹਾਂਜੀ 2 ਲੱਖ ਮਹਿੰਗੇ ਟਾਇਰ ਹੈ ਇਹ? ਮਹਿੰਗੇ ਟਾਇਰ ਹੈ ਵੀਰੇ, 2 ਲੱਖ ਦੇ ਦਾ ਟਾਇਰ ਹੈ, 5 ਟਾਇਰ ਹੈ, ਇੱਕ ਪਿੱਛੇ ਸਟੈਪਨੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਬਹੁਤ ਘੈਂਟ ਚੀਜ਼ ਵਿਖਾਉਣੀ ਆ, 1964 ਮਾਡਲ ਜਾਊਗਾ। ਇਸ ਵਕਤ ਮੈਂ ਤੁਹਾਨੂੰ ਦੱਸਦਾ ਵੀ ਚੰਡੀਗੜ੍ਹ ਦੇ ਨੇੜੇ ਤੇੜੇ ਖੜੇ ਹਾਂ ਅਤੇ ਚੰਡੀਗੜ੍ਹ 'ਚ ਸਿਰਫ ਇਹ ਇੱਕੋ ਆ ਅਤੇ ਪੂਰੇ ਭਾਰਤ ਦੇ ਵਿੱਚ ਸਿਰਫ 46 ਨੇ ਅਤੇ ਜਿਨ੍ਹਾਂ 'ਚੋਂ ਸਿਰਫ 26-27 ਚੱਲਦੇ ਆ। ਕੀ ਗੱਲ ਆਪਾਂ ਬਾਈ ਨਾਲ ਕਰਦੇ? ਬਾਕੀ ਅਰਨਜੀਤ ਬਾਈ ਜੀ ਆਪਣੇ ਨਾਲ ਨੇ ਵੀ ਜੀ, ਸਤਿ ਸ਼੍ਰੀ ਅਕਾਲ। ਬੈਂਸ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਠੀਕ ਠਾਕ ਹੋ ਜੀ? ਵਧੀਆ ਵੀਰੇ, ਕਿਰਪਾ। ਅਤੇ ਨਾਲ ਵੀਰੇ ਹੁਣੀ ਨੇ ਵੀਰਾ ਚੀਮਾ ਅਤੇ ਨਾਲ ਸੈੱਡ ਸੈੱਡ। ਇਹ ਮੈਂ ਦੱਸਦਾ ਵੀ ਸਾਨੂੰ ਇੱਥੇ ਚੰਡੀਗੜ੍ਹ ਰਾਹ 'ਤੇ ਟੱਕਰ ਗਏ ਵੀਰ ਜੀ। ਗੱਲ ਇਉਂ ਆ, ਮਾਡਲ 1964 ਆ ਇਹ? 1964 ਮਾਡਲ ਹੈ ਵੀਰੇ। 1964 ਓਰੀਜਨਲ ਆ? ਓਰੀਜਨਲ ਵੀਰੇ, ਓਰੀਜਨਲ ਹੈ। ਨਿਸਾਨ ਪੈਟਰੋਲ, ਨਿਸਾਨ ਪੈਟਰੋਲ ਵੀਰੇ ਇਹਦਾ ਨਾਂ ਸੀਗਾ। ਅੱਛਾ, ਆਪਾਂ ਮਾਡਲ ਕੋਈ ਵੀ ਗੱਡੀ ਦਾ ਲਾ ਲੈਂਦੇ ਹਾਂ। ਅਤੇ ਜੌਂਗਾ ਇਹਨਾਂ ਨੇ ਇੱਕ ਪਾਰਟੀਕੁਲਰ ਅੱਗੇ ਉਹ ਕਰਤਾ ਸੀਗਾ, ਨਿਸਾਨ ਪੈਟਰੋਲ ਤਾਂ ਕੰਪਨੀ ਹੋ ਗਈ ਅਤੇ ਅੱਗੇ ਇਹਨਾਂ ਨੇ ਜਿਹੜਾ ਇਹਨੂੰ ਪ੍ਰੋਪਰ ਨਾਮ ਦਿੱਤਾ ਉਹ ਜੌਂਗਾ ਆ। ਜੌਂਗਾ ਜੌਂਗਾ, ਜਿੱਦਾਂ ਇਹਨਾਂ ਨੇ ਫਿਰ 1 ਟਨ ਵੀ ਕੱਢੇ ਸੀ ਗਾਂ ਜਾ ਕੇ ਜੀ, ਉਹ ਇਹ ਜੌਂਗਾ ਆ ਵੀਰੇ। ਕਿੰਨੇ ਸਿਲੰਡਰ ਆ ਇਹ? ਇਹ ਵੀਰੇ 6 ਸਿਲੰਡਰ ਆ। 6 ਸਿਲੰਡਰ ਹੁਣ ਡੀਜ਼ਲ ਆ ਜਾਂ ਪੈਟਰੋਲ? ਇਹ ਡੀਜ਼ਲ ਆ ਵੀਰੇ, ਨਿਸਾਨ ਪੈਟਰੋਲ ਇਹਦਾ ਇੱਕ ਨਾਂ ਦਿੱਤਾ ਸੀਗਾ ਇਹਨਾਂ ਨੇ। ਠੀਕ ਆ, ਹਾਂਜੀ ਵੀਰੇ, ਠੀਕ ਆ। ਦੂਜੀ ਗੱਲ ਬਾਈ ਜੀ, ਆਹ ਡਿਫੈਂਡਰ ਲਿਖਿਆ? ਡਿਫੈਂਡਰ ਵੀਰੇ ਥੋੜ੍ਹਾ ਜਿਹਾ ਜਿੱਦਾਂ ਮੋਡੀਫਿਕੇਸ਼ਨ ਇਹਦੀ ਚੱਲਦੀ ਰਹਿੰਦੀ ਆ, ਅਤੇ ਇਹ ਜਾਲੀ ਜੀ ਅਸੀਂ ਥੋੜ੍ਹੀ ਵੱਡੀ ਕਰਾਈ ਸੀਗੀ। ਅੱਛਾ, ਅਤੇ ਉਸ ਤੋਂ ਬਾਅਦ ਇਹ ਥੋੜ੍ਹਾ ਖਾਲੀ ਖਾਲੀ ਜਿਹਾ ਲੱਗਣ ਲੱਗ ਗਿਆ ਅਤੇ ਤਾਂ ਕਰਕੇ ਇਹਨੂੰ ਡਿਫੈਂਡਰ ਦਾ ਨਾਂ ਦੇ ਦਿੱਤਾ ਵੀ ਥੋੜ੍ਹਾ ਵਧੀਆ ਲੱਗਦਾ ਆ। ਠੀਕ ਆ। ਦੂਜੀ ਗੱਲ ਭਰਾ, ਗੱਲ ਇਹ ਵਾ ਸੰਸਰ ਜੀ 2 ਲਾਇਆ, ਐਗਜ਼ੌਸਟ ਵਗੈਰਾ ਖੜਕ, ਆਵਾਜ਼ ਬਹੁਤ ਗਈ, ਪਾਸ ਆ ਇਹ? ਇਹ ਮੈਂ ਦੱਸਦਾ ਵੀ ਥੋੜ੍ਹੀ ਜਿਹੀ ਮੈਂ ਐਕਸਪਲੇਨੇਸ਼ਨ ਦੇ ਦਿੰਦਾ ਜੀ ਜੀ। ਇਹ ਜਿਹੜਾ ਜਾਊਂਗਾ ਹੈ ਵੀਰੇ, ਮੇਰਾ ਫਰੈਂਡ ਹੈ ਨਵਜੋਤ। ਅੱਛਾ, ਹਾਂਜੀ, ਅਤੇ ਉਹ ਕਿਸੇ ਟਾਈਮ ਨਿਊਜ਼ੀਲੈਂਡ ਗਿਆ ਸੀਗਾ 2012-13 ਦੇ ਵਿੱਚ, ਅਤੇ ਉੱਥੇ 3-4 ਸਾਲ ਲਾ ਕੇ ਆਇਆ। ਇਹ ਸਾਂਝਾ, ਅਸੀਂ ਗੱਡੀਆਂ ਦਾ ਕੰਮ ਵੀ ਕਰਦੇ ਹਾਂ ਜੀ, ਅਤੇ ਉਹਦੀ ਜਿੱਦਾਂ ਥਿਊਰੀ ਬਣ ਗਈ ਉੱਥੇ ਵੀ ਜਿੱਦਾਂ ਟਰੱਕਾਂ ਨੂੰ ਲੱਗੇ ਹੁੰਦੇ ਆ ਐਗਜ਼ੋਸਟ, ਉਹਨੂੰ ਕਰਿਓਸਿਟੀ ਬਹੁਤ ਆ। ਅੱਛਾ, ਵੀ ਮੈਂ ਇੱਦਾਂ ਕਰਨਾ ਇੱਦਾਂ ਕਰਨਾ, ਉਹ ਥੋੜ੍ਹਾ ਜਿਹਾ ਕਾਢੀ ਜਿਹਾ ਹੈਗਾ ਆ। ਅੱਛਾ, ਅਤੇ ਉਹਨੇ ਦੇਖਿਆ ਵੀ ਕਿੱਦਾਂ ਇਹਨੂੰ ਮੋਡੀਫਾਈ ਕਰ ਸਕਦੇ, ਕਿਉਂਕਿ ਜਿੱਦਾਂ ਵੀ ਹੋਰ ਆਪਾਂ ਦੇਖਿਆ ਬਾਈ ਸਿੱਧੂ ਮੂਸੇਵਾਲੇ ਦੇ ਵੀ ਗਾਣੇ ਦੇ ਵਿੱਚ ਵੀ ਅੰਮ੍ਰਿਤ ਮਾਨ ਨੇ ਵੀ ਯੂਜ਼ ਕਰਿਆ ਸੀ, ਹੋਰ ਵੀ ਆਪਾਂ ਦੇਖਦੇ ਹਾਂ ਗਾਣੇ 'ਚ, ਉਹ ਇੱਕ ਜਿੱਦਾਂ ਕੰਪਨੀ ਨੇ ਕੱਢਿਆ ਉੱਦਾਂ ਹੀ ਹੈ ਸੇਮ। ਹਾਂ, ਇਹਨੂੰ ਕਿੱਦਾਂ ਥੋੜ੍ਹੀ ਜਿਹੀ ਅਲੱਗ ਲੁੱਕ ਦੇਣੀ ਆ, ਹੋਰ ਕੀ ਐਡ ਔਨ ਕਰ ਸਕਦੇ ਹਾਂ ਆਪਾਂ, ਅਤੇ ਬਾਈ ਨੇ ਐਗਜ਼ੌਸਟ ਦੋਹੇ ਲਾਏ ਜਿਹੜੇ ਵਰਕਿੰਗ ਨੇ, ਧੂੰਆਂ ਦੋਨਾਂ 'ਚੋਂ ਨਿਕਲਦਾ, ਦੋਹਾਂ 'ਚੋਂ ਧੂੰਆਂ ਨਿਕਲਦਾ ਵੀਰੇ ਜੀ, ਅਤੇ ਦੋਨੇ ਵਰਕਿੰਗ ਨੇ। ਪਹਿਲਾਂ ਆਪਾਂ ਇਹ ਨਹੀਂ ਜਦੋਂ ਸੀਗੇ ਉਦੋਂ ਸਿੰਪਲ ਇੱਥੇ ਸੀਗਾ ਇਹਦਾ ਜੀ ਅਤੇ ਸਲਾਂਸਰ ਜੀ, ਪਰ ਜਦੋਂ ਆਪਾਂ ਗੱਡੀ ਸਟਾਰਟ ਕਰਦੀ ਜੀ ਇੱਥੇ ਇੱਥੇ ਖੜਾ ਸੀ, ਸਾਰਾ ਕੱਪੜੇ ਨਾਲ ਭਰ ਦਿੰਦਾ ਸੀ ਇੱਕ, ਮਤਲਬ ਤੁਸੀਂ ਇਹ ਵੀ ਐਡਵਾਂਟੇਜ ਡਿਸਐਡਵਾਂਟੇਜ ਵੀ ਕਹਿ ਸਕਦੇ ਹਾਂ, ਵੀ ਉਹਦਾ ਡਿਸਐਡਵਾਂਟੇਜ ਆ ਸੀਗਾ ਵੀ ਕੱਪੜੇ ਨਾਲ ਭਰ ਦਿੰਦਾ ਸੀ ਜਿਹੜਾ ਇੱਥੇ ਬੰਦਾ, ਨੁਕਸਾਨ ਸੀਗਾ ਜਿਹੜਾ ਖੜਾ ਹੁੰਦਾ ਸੀ ਨਾਲ ਇਹਦੇ। ਹੁਣ ਆਏ ਹਾਂ ਵੀ ਦੋਨੇ ਐਗਜ਼ੌਸਟ ਚੱਲਦੇ ਨੇ ਅਤੇ ਇਹਦੀ ਥੋੜ੍ਹੀ ਜਿਹੜੀ ਨੋਇਜ਼ ਆ ਉਹ ਥੋੜ੍ਹੀ ਹੋਰ ਅਪ ਹੋ ਗਈ ਆ, ਜਿਹਦੇ ਕਰਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੱਖਰਾ ਰੋਬਦਾਰ ਜਿਹਾ ਕਹਾਉਣ ਲੱਗ ਗਿਆ। ਹਾਂ, ਗੁੰਡਾ ਜਿਹਾ ਲੱਗਦਾ ਇਹ, ਜੋ ਮਰਜ਼ੀ ਕਹਿ ਲਓ ਵੀਰੇ। ਅਤੇ ਦੂਜੇ ਇਹ ਪਾਸ ਆ ਇਹ ਬਾਈ? ਇਹ ਪਾਸ ਆ ਵੀਰੇ। ਅੱਛਾ, ਇਹ 2024 ਤੱਕ ਪਾਸ ਆ। ਚੰਡੀਗੜ੍ਹ ਦੇ ਵਿੱਚ ਜਦੋਂ ਵੀ ਇਹ ਜਾਂਦਾ ਆਰਟੀਓ ਦੇ ਕੋਲੇ, ਇੱਕ ਚੰਡੀਗੜ੍ਹ ਦੇ ਵਿੱਚ ਇੱਕ ਪੀਸ ਹੋਣ ਦੇ ਕਰਕੇ ਆਰਟੀਓ ਸਾਹਿਬ ਇਹਨੂੰ ਫਸਟ ਪ੍ਰਾਇਓਰਿਟੀ ਦੇ ਆਧਾਰ ਤੇ ਇਹ ਪਾਸ ਹੁੰਦਾ, ਸਲੂਟ ਮਾਰਦੇ ਇਹਨੂੰ, ਸਲੂਟ ਮਾਰਦੇ ਆ ਵੀ ਹਾਂ ਵੀ, ਕਿਉਂਕਿ ਸਰਕਾਰਾਂ ਨੂੰ ਵੀ ਹੁੰਦਾ ਵੀ ਹੌਲੀ ਹੌਲੀ ਐਂਟੀਕ ਚੀਜ਼ਾਂ ਦੀਆਂ ਸਾਂਭ ਜਿਹੜੀ ਸਾਂਭ ਸੰਭਾਲ ਆ ਉਹ ਬਹੁਤ ਘੱਟਦੀ ਜਾ ਰਹੀ ਹੈ। ਸਮਾਂ ਸਹੀ ਆ, ਐਂ ਹੁੰਦਾ ਵੀ ਚਲੋ ਜੇ ਕੋਈ ਸਾਂਭ ਰਿਹਾ ਤਾਂ ਉਹਨੂੰ ਪਾਸ ਕਰਨਾ, ਐਪਰੀਸ਼ੀਏਟ ਕਰਦੇ ਆ ਉਹ ਪਾਸ ਕਰਕੇ, ਬਸ ਇੰਨਾ ਕਿਹਾ ਵੀਰੇ। ਹਾਂ, 6 ਸਿਲੰਡਰ ਹੈ ਨਾ ਇਹ? 6 ਸਿਲੰਡਰ ਹੈ। ਇਹ 4x4 ਆ? ਇਹ 4x4 ਨਹੀਂ ਹੈ, 4x4 ਫੁੱਲ ਟਾਈਮ 4x4 ਹੈ। ਅੱਛਾ, ਹਾਂ ਫੁੱਲ ਟਾਈਮ ਹੈ, ਮਤਲਬ ਇਹ ਨਹੀਂ ਹੈ ਵੀ ਕੋਈ ਅਲੱਗ ਤੋਂ ਕਲੱਚ ਲੀਵਰ ਨਹੀਂ ਦਿੱਤਾ, ਫੁੱਲ ਟਾਈਮ 4x4 ਜਦੋਂ ਚੱਲਣਾ ਦਾ 4x4 ਹੀ ਚੱਲ ਰਿਹਾ ਵੀਰੇ, ਜਿੱਧਰ ਮਰਜ਼ੀ ਜਿੱਧਰ ਮਰਜ਼ੀ। ਹੁਣ ਤੁਸੀਂ ਦੇਖਿਓ ਤੁਸੀਂ ਉਹ
ਢਾਲ ਜੀ ਕਿੰਨੀ ਉੱਚੀ ਉੱਚੀ ਆਲੀ ਸੀ ਤੇ ਜਿੱਥੇ ਮਰਦੀ ਚਾੜ ਦੋ ਤੁਸੀਂ ਉਹੀ ਚੜਾਤੇ ਅਸੀਂ ਸੋਚ ਕੇ ਚੜਾਈ ਮੈਂ ਤਾਂ ਹੀ ਮੈਂ ਕਿਹਾ ਯਾਰ ਮੇਰੇ ਗਲਤੀ ਗੱਲ ਹੀ ਮੈਂ ਚਾੜ ਤਾਂ ਦਿੱਤੀ ਮੈਂ ਪਿੱਛੇ ਦੇਖਾਂ ਵੀ ਬਾਈ ਹੁਣ ਉਹਨੂੰ ਵੀ ਚੜ ਵੀ ਜਾਊਗੀ ਦੂਜੀ ਗੱਡੀ ਕਿਉਂਕਿ ਮੈਨੂੰ ਭੁੱਲ ਗਿਆ ਵੀ ਮੈਂ ਇੱਥੇ ਬੈਠਾ ਆ ਤੁਸੀਂ ਆ ਟਾਇਰ ਸਾਈਜ਼ ਬਹੁਤ ਚੌੜੇ ਪਾਏ ਆ ਹਾਂ ਇਹਨੂੰ ਪਾਸ ਕਰ ਦਿੰਦੇ ਆ ਇਹ ਜਿਵੇਂ ਤੁਹਾਡੇ ਇੱਥੇ ਜਿਵੇਂ ਆਪ ਚੌੜੀਆਂ ਸੜਕਾਂ ਤੁਸੀਂ ਮੈਂ ਕਹਿੰਦਾ ਬੰਦ ਕਰਦੇ ਹੋ ਇਹ ਵੀਰੇ 33 ਨੰਬਰ ਟਾਇਰ ਹੈ ਇਹ ਸਭ ਨਾਲੋਂ ਵੱਡਾ ਟਾਇਰ ਹੈ ਪਹਿਲੀ ਗੱਲ ਤਾਂ ਇਹ 200,000 ਦੇ ਦਾ ਟਾਇਰ ਹੈ ਇਹਨੂੰ ਲੱਗੇ ਹੋਏ ਆ ਟੁੱਟਦੀਆਂ ਤਾਈਵਾਨ ਤਾਈਵਾਨ ਲਿਖਿਆ ਹੋਇਆ ਸਾਰਾ ਕੰਮ ਵੀਰੇ ਇਹਨੂੰ ਜਿਹੜਾ ਕਰਾਇਆ ਆ ਸ਼ੌਂਕੀਆ ਕਰਾਇਆ ਹੋਇਆ ਇਹ ਨੀ ਆ ਜਿਹੜੀ ਇਹਦੇ ਤੁਸੀਂ ਐਗਜ਼ੋਸਟ ਦੇਖ ਰਹੇ ਆ ਇਹ SS ਦੇ ਲਵਾਏ ਹੋਏ ਆ ਜੀ ਹਾਂਜੀ ਬਿਲਕੁਲ ਅੰਦਰਲੇ ਪਾਸੋਂ ਦਿਖਾ ਦੇਈਏ ਮਤਲਬ ਐਂ ਲੱਗੂ ਵੀ ਓਰੀਜਨਲ ਹਾਲ ਚੀਜ਼ ਦੇ ਵਿੱਚ ਜਿਵੇਂ ਨਾ ਰਫ ਟਫ ਵੇਸ ਦੇ ਲਈ ਹਨਾ ਇਹ ਵੀਰੇ ਰਫ ਲੱਕੜ ਦਾ ਹਾਂਜੀ ਰਫ ਐਂਡ ਰਫ ਐਂਡ ਰੂਲ ਐਸ਼ੂਰੇਟਸ ਬਿਲਕੁਲ ਤੇ ਆਹ ਗਨ ਫਿੱਟ ਕਰਤੀ ਗੇਅਰ ਬਥੇ ਦਾ ਇਹ ਵੀਰੇ ਥੋੜਾ ਜਿਹਾ ਮੈਂ ਦੱਸਿਆ ਵੀ ਜਿੱਦਾਂ ਸਾਡਾ ਬਾਈ ਆ ਕਾਢੀ ਆ ਉਹ ਅੱਛਾ ਤੇ ਇਹਨੂੰ ਹੋਰ ਜ਼ਿਆਦਾ ਥੋੜਾ ਜਿਹਾ ਐਂਟੀਕ ਬਣਾਉਣ ਵਾਸਤੇ ਵੀ ਅਲੱਗ ਤੋਂ ਕੁਝ ਕਰੀਏ ਰਫ ਐਂਡ ਫਿੱਟ ਕਰਤੀ ਇਹਨੂੰ ਕਰ ਹੀ ਦਈਏ ਫਿਰ ਹੁਣ ਇਹਨੇ ਜਿੱਦਾਂ ਗਨ ਲਾਤੀ ਆ ਉਹਦੇ ਨਾਲ ਥੋੜਾ ਜਿਹਾ ਇੱਕ ਤਾਂ ਸਪੈਸੀਫਿਕੇਸ਼ਨ ਇਹਦੀ ਵੱਧ ਗਈ ਤੇ ਥੋੜਾ ਜਿਹਾ ਇੱਕ ਅਟਰੈਕਟਿਵ ਪੀਸ ਜਿਹਾ ਹੋਰ ਬਣ ਗਿਆ ਅੰਦਰੋਂ ਬਿਲਕੁਲ ਤੇ ਸਨਰੂਫ ਜਿਹਾ ਵੀ ਲਾਤਾ ਵੈਸੇ ਸਨਰੂਫ ਵੀਰੇ ਇਹਦਾ ਓਰੀਜਨਲ ਹੈ ਇਹ ਅਸੀਂ ਲਾਇਆ ਨਹੀਂ ਹੈਗਾ ਅੱਛਾ ਨਾਲ ਹੀ ਸੀ ਮੈਂ ਦੱਸਦਾ ਜਿੱਦਾਂ ਆਰਮੀ ਕੋਲ ਹੁੰਦਾ ਸੀਗੇ ਆ ਵੀਰੇ ਇਹ ਪੀਸ ਇਹ ਜਿਹੜੇ ਪੀਸ ਹੈ ਜੀ ਜਿੱਦਾਂ ਇਹਨੂੰ ਉੱਪਰ ਆਪਾਂ ਆਟੋਮੈਟਿਕ ਗਨ ਜੀ ਨਹੀਂ ਦੇਖਦੇ ਵੀ ਲੱਗੀ ਹੁੰਦੀ ਐ SR ਜਿਹਨੂੰ ਆਪਾਂ ਪਤਾ ਨਹੀਂ ਕੀ ਕਹਿੰਦੇ ਆ ਮੈਨੂੰ ਪ੍ਰੋਪਰ ਉਹਦਾ ਨਾਮ ਤਾਂ ਅਬਦੁਲ ਹਮੀਦ ਕੋਲੇ ਸੀ ਜਿਹੜੀ ਡੀਪ ਫਿੱਟ ਕੀਤੀ ਸੀ ਬਸ 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 ਮੈਗਜ਼ੀਨ ਵਾਲੀ ਹਾਂਜੀ ਉਹ ਉੱਪਰ ਇਹਦੇ ਫਿੱਟ ਹੁੰਦੀ ਸੀਗੀ ਅੱਛਾ ਹਾਂ ਇਹ ਆਰਮੀ ਪੀਸ ਹੈ ਵੀਰੇ ਠੀਕ ਆ ਇਹ ਮਤਲਬ ਜਿਹੜੀ ਸਨਰੂਫ ਹੈ ਇਹਦਾ ਟਾਪਾ ਜਿਹਾ ਤੁਸੀਂ ਜਿਹਨੂੰ ਸਨਰੂਫ ਕਹਿੰਦੇ ਆ ਇਹੀ ਬਹੁਤ ਭਾਰੀ ਹੈ ਅੱਛਾ ਬਹੁਤ ਭਾਰਾ ਹੈ ਨਾ ਬਹੁਤ ਭਾਰੀ ਹੈ ਇੱਧਰ ਦੀ ਅੰਕ ਦਿਖਾ ਦਿਓ ਮਾੜਾ ਜਿਹਾ ਇੱਥੋਂ ਦੀ ਦਿਖਾ ਦੇ ਗਏ ਲੈ ਆ ਮਤਲਬ ਬੰਦੇ ਸਾਰੇ ਚਾਰ ਹੀ ਬੰਦੇ ਆ ਡਰਾਈਵਰ ਸਮੇਤ ਬਿਲਕੁਲ ਜੀ ਰਫਲ ਬਣਦੀ ਆ ਐਂਡ ਕੁਛ ਇੱਦਾਂ ਦੀ ਫੁੱਲ ਫਾਰਮ ਇਹਦੀ ਮੈਨੂੰ ਆਪ ਨੂੰ ਨੀ ਯਾਦ ਪੂਰੀ ਮੈਨੂੰ ਵੀ ਵੀਰੇ ਇੰਨੀ ਦਰਸ਼ਕ ਆਪੇ ਦੱਸ ਦੇਣਗੇ ਥੋੜਾ ਜਿਹਾ ਕੰਮ ਦਰਸ਼ਕ ਵੀ ਕਰ ਲੈਣਗੇ ਤੇ ਇਧਰਲੇ ਪਾਸੇ ਆ ਜਾਓ ਮਗਰੋਂ ਦੇਖ ਲਈਏ ਆ ਖੁੱਲਦੀਆਂ ਮਗਰੋਂ ਹਾਂ ਵਿੰਡੋ ਇਹ ਨਹੀਂ ਖੁੱਲਦੀਆਂ ਵੀਰੇ ਅੱਛਾ ਇਹ ਮਤਲਬ ਤੁਸੀਂ ਐਂ ਕਹਿ ਲਓ ਵੀ ਜਿਹੜੀ ਥਾਰ ਦਾ ਚਲੋ ਹੁਣ ਬਣਾਈ ਇਹਨਾਂ ਨੇ ਵੀ ਥਾਰ ਵਾਲਾ ਹੀ ਜਿਹਨੇ ਚੜ੍ਹਨਾ ਆ ਤਾਂ ਤੇ ਹੀ ਅੱਗੇ ਵਾਲੇ ਦੇ ਸੀਟਾਂ ਮਗਰ ਨੂੰ ਫੋਲਡ ਕਰਕੇ ਤੇ ਫਿਰ ਪਿੱਛੇ ਜਾਊਗਾ ਇਹ ਬੰਦ ਹੈ ਵੀਰੇ ਇਹ ਥਾਰ ਦਾ ਬਾਪੂ ਕਹਿ ਲਈਏ ਥਾਰ ਦਾ ਦਾਦਾ ਕਹਿ ਲਓ ਕਿਉਂਕਿ ਥਾਰ ਦਾ ਬਡੇਰਾ ਕਹਿ ਲਓ ਬਡੇਰਾ ਪਿੱਤਰ ਜਿਹਨੂੰ ਅੱਜ ਕੱਲ੍ਹ ਹਾਂ ਇਹਨੂੰ ਰੋਟੀ ਕਰ ਸਕਦੇ ਹੋ ਇਹਨੂੰ ਰੋਟੀ ਕਰ ਸਕਦੇ ਆ ਇਹਦੀ ਪਰ ਰੋਟੀ ਇਹਦੀ ਮਹਿੰਗੀ ਪੈ ਜਾਂਦੀ ਹੈ ਮਹਿੰਗੀ ਪੈਂਦੀ ਇਹ ਟੈਂਕਰ ਕੇ ਜੇ ਜਾਂ ਤੁਸੀਂ ਟੈਂਕ ਰੋਡ ਤੇ ਲੈ ਕੇ ਤੁਰ ਪਏ ਹਾਂ ਜਿਹੇ ਜਾਂ ਇਹਨੂੰ ਲੈ ਕੇ ਤੁਰ ਪਏ ਲੈਂਡ ਰੋਵਰ ਲਿਖਿਆ ਤੁਹਾਡਾ ਉਹ ਮਗਰ ਹਾਂਜੀ ਠੀਕ ਆ ਆ ਟੋਟਾ ਕਰਨ ਨੂੰ ਵਰਕਿੰਗ ਆ ਇਹ ਵਰਕਿੰਗ ਹੈ ਵੀਰੇ ਠੀਕ ਆ ਆ ਦਿੱਤੇ ਹੋਏ ਨਿੱਕੇ ਟੋ ਕਰਨ ਵਾਸਤੇ ਇੱਧਰਲੇ ਪਾਸੇ ਆ ਜਾਓ ਆ ਵੀ ਸੇਮ ਉਸ ਸੇਮ ਪ੍ਰੋਸੈਸ ਉਵੇਂ ਹੀ ਸਾਰਾ ਕੁਝ ਉਸੇ ਤਰੀਕੇ ਨਾਲ ਹੀ ਲੈ ਤੇ ਮਾੜਾ ਇੱਕ ਤੇ ਦੇਖੀ ਨੂੰ ਸੈੱਟ ਕੇ ਉਹੋ ਜਿਹੀ ਥਾਂ ਤੇ ਚਲਾ ਕੇ ਦੇਖੀਏ ਰਫਤਾ ਰਸਤਾ ਕਿਤੇ ਆਪਾਂ ਪਾ ਲੈਂਦੇ ਵੀਰੇ ਕੋਈ ਨਾ ਕੋਈ ਆਪਾਂ ਕੱਢ ਲੈਂਦੇ ਹਾਂ ਕਿਤੇ ਕੋਈ ਉਹੋ ਜਿਹਾ ਰਾਹ ਹੋਵੇ ਮਾੜਾ ਉਹੋ ਜਿਹੀ ਥਾਂ ਤੇ ਤਾਂ ਦੇਖੀ ਤਾਂ ਸਹੀ ਦਰਸ਼ਕਾਂ ਨੂੰ ਵੀ ਦਿਖਾਈਏ ਭਾਈ ਇਹ ਗੱਲਾਂ ਹੀ ਨਹੀਂ ਕਰਦੇ ਕਰੰਟ ਵੀ ਹੈਗਾ ਇਹਦੇ ਵਿੱਚ ਕਰੰਟ ਪੂਰਾ ਤੇ ਕਿਸੇ ਪਾਸੇ ਆਪਾਂ ਦੇਖਦੇ ਹਾਂ ਚੱਲ ਕੇ ਹਾਂਜੀ ਬੈਠੋ ਤੁਸੀਂ ਵੀਰੇ ਦਰਸ਼ਕੋ ਕਿਸੇ ਪਾਸੇ ਰਫ ਟਫ ਜੇ ਵੇ ਦੇ ਵਿੱਚ ਨਾ ਆਪਾਂ ਚਲਾ ਕੇ ਦੇਖਦੇ ਹਾਂ ਇਹਨੂੰ ਫਿਰ ਪਤਾ ਲੱਗੂ ਉਹਦਾ ਕਰੰਟ ਕਿਵੇਂ ਆ ਹਾਂ ਗਨ ਫਿੱਟ ਕਰਾਉਣ ਕਰਕੇ ਮੈਨੂੰ ਐਂ ਲੱਗਦਾ ਵੀ ਹੋ ਸਕਦਾ ਇਹਦਾ ਗੇਅਰ ਜਿਹੜਾ ਰੈਲਾ ਹੋ ਗਿਆ ਹੋਵੇ ਹਾਂ ਸਹੀ ਆ ਲੱਗਦਾ ਐ ਜਿਵੇਂ ਪੈਟਰੋਲ ਤੇ ਹੁੰਦਾ ਹਨਾ ਇਹ ਇਹਦੀ ਕਿੱਦਾਂ ਜਿਹੜੀ ਚਲਾਉਣ ਦੀ ਹੈਗੀ ਆ ਬਿਲਕੁਲ ਰੈਲਾ ਚੱਲਦਾ ਇਹ ਸਹੀ ਆ ਕੋਈ ਜਿੱਦਾਂ 1964-65 ਮਾਡਲ ਹੈਗਾ ਇਹ ਬਹੁਤ ਪੁਰਾਣਾ ਇਹ ਤੇ ਤਾਂ ਕਰਕੇ ਵੀ ਜਿੱਦਾਂ ਤੁਸੀਂ ਕਹਿੰਦੇ ਪੈਟਰੋਲ ਤੇ ਲੱਗਦਾ ਹੈ ਡੀਜ਼ਲ ਤੇ ਆ ਪਰ ਪੂਰੀ ਰੈਲ ਪੂਣਾ ਇਹ 'ਚ ਹੈਗਾ ਆ ਸਹੀ ਆ ਇਹ ਨਹੀਂ ਹੈ ਵੀ ਹਾਂ ਔਖਾ ਔਖਾ ਚੱਲਦਾ ਭਾਰਾ ਚੱਲਦਾ ਚੰਡੀਗੜ੍ਹ ਚ ਮਾੜਾ ਰਾਹ ਨੀ ਲੱਭ ਰਿਹਾ ਊਂ ਆਮ ਹੀ ਲੱਭੀ ਜਾਣਗੇ ਊਂ ਲੱਭ ਜਾਂਦੇ ਓਦਾਂ ਜਿੱਦਾਂ ਹੁਣ ਆਪਾਂ ਆਏ ਆ ਕੋਈ ਆਪਾਂ ਬਿਲਕੁਲ
ਪੂਰਾ ਜੀ ਪੂਰਾ ਬ੍ਰੇਕ ਥੋੜਾ ਜਿਹਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵੀਕ ਆ ਬ੍ਰੇਕ ਤੁਸੀਂ ਸ਼ਾਇਦ ਯੂਜ਼ ਟੂ ਨਹੀਂ ਹਾਂ ਹੌਲੀ ਹੌਲੀ ਜਿੱਦਾਂ ਹੁਣ ਸਾਨੂੰ ਆਦਤ ਪਈ ਹੋਆ ਹਾਂ ਹਾਂ ਜੀ ਮੈਨੂੰ ਲੱਗਿਆ ਵੀ ਕਿਤੇ ਯੂਜ਼ ਟੂ ਹੋਣਾ ਵੀ ਜ਼ਰੂਰੀ ਹੈ ਇਹਦੇ ਲਈ ਹਾਂ ਜੀ ਵੀਰੇ ਇਹ ਆਏ ਆ ਵੀ ਜਿੱਦਾਂ ਆਪਾਂ ਮੈਂ ਨਾ ਵੀਰੇ ਠੀਕ ਨਹੀਂ ਸੀਗਾ ਤੇ ਮੈਨੂੰ ਥੋੜਾ ਜਿਹਾ ਬੁਖਾਰ ਜਿਹਾ ਹੋਇਆ ਸੀਗਾ ਜੀ ਤੇ ਆਪਾਂ ਜਿੱਦਾਂ ਜੇ ਆਪਾਂ ਮੰਨ ਲਓ 3-4 ਦਿਨ ਪਹਿਲਾਂ ਮਿਲ ਜਾਂਦੇ ਤਾਂ ਹੋ ਸਕਦਾ ਮੈਂ ਤੁਹਾਡੇ ਨਾਲ ਪ੍ਰੋਪਰ ਆਫਰੋਡਿੰਗ ਕਰਦੇ ਓ ਹਾਂ ਹਨਾ ਠੀਕ ਆ ਤੇ ਉਹ ਸਾਹਮਣੇ ਮਾੜਾ ਜਿਹਾ ਰਾਹ ਦੱਸ ਗਿਆ ਗੋਪੀ ਵੀਰੇ ਬੈਕ ਸਾਈਡ ਤੇ ਤੁਹਾਡੇ ਦਿਖਾ ਦਿਓ ਉਹ ਚਿੱਕੜ ਜਿਹਾ ਵੀ ਦੱਸ ਰਿਹਾ ਮੈਨੂੰ ਉੱਧਰ ਲਿਆਣੀ ਹੈ ਜੀ ਉੱਥੋਂ ਦੀ ਢਲ ਸਿਰਫ ਆਪਣੋ ਨਹੀਂ ਕਰਾਈ ਇਹਦਾ ਜਿੱਦਾਂ ਤੁਸੀਂ ਕਹੋ ਵੀਰੇ ਆਹ ਵੀ ਠੀਕ ਆ ਕਿਵੇਂ ਇਹ ਤਾਂ ਸਿੰਪਲ ਹੈ ਤਾਂ ਇਹ ਸਿੰਪਲ ਆ ਥੋੜ੍ਹਾ ਜਿਹਾ ਔਖੇ ਦੇ ਚੱਲੇ ਗਏ ਮਾੜਾ ਜਿਹਾ ਗਰੰਟੀ ਚੈੱਕ ਕਰਨਾ ਤਾਂ ਇਹਦਾ ਫਿਰ ਉਹ ਦੇਖੋ ਵੀ ਫੋਰਚੂਨਰ ਵਾਲੇ ਦੇਖੋ ਬਾਈ ਕਿੱਦਾਂ ਦੇਖ ਰਹੇ ਹਾਂ ਹਾਂ ਬਿਲਕੁਲ ਪਰਲੇ ਪਾਸੇ ਗੋਪੀ ਫੋਰਚੂਨਰ ਦਿਖਾ ਦਿਓ ਖੜੀ ਹੈ ਗੱਡੀ ਤੇ ਉਹ ਦੇਖ ਰਹੇ ਨੇ ਇਸ ਟਾਈਮ ਖੜ ਕੇ ਦੇਖ ਰਹੇ ਆ ਕਿੱਧਰ ਦੇ ਜਾਈ ਲੱਗੇ ਹੁਣ ਤੁਸੀਂ ਆਪਾਂ ਇਹ ਵਿੱਚ ਨੂੰ ਪਾ ਲੈਨੇ ਆ ਲੰਘ ਜੂ ਵਿੱਚ ਦੀ ਲੰਘ ਜੂ ਲੰਘ ਜੂ ਵੀਰੇ ਗੋਪੀ ਵੀਰੇ ਉੱਤਰ ਕੇ ਆਇਓ ਮਾੜਾ ਜਿਹਾ ਗਾਰੇ ਵਿੱਚ ਹੀ ਨਗਾਉਣਾ ਚਲ ਚਲੋ ਚਲੋ ਸ਼ੀਸ਼ਾ ਉੱਪਰ ਚੱਕ ਲਈਏ ਵੀਰੇ ਹਾਂ ਹਾਂ ਚੱਕ ਲਓ ਸ਼ੀਸ਼ਾ ਉੱਪਰ ਚੱਕ ਲਈਏ ਪਤਾ ਲੱਗ ਜੂ ਹੁਣ ਕਿਵੇਂ ਆ ਲੰਘ ਜੂਗਾ ਲੈ ਵੀ ਗੋਪੀ ਗਾਰਾ ਦਿਖਾ ਦਿਓ ਕਿੰਨਾ ਕਿੰਨਾ ਵਾ ਦਰਸ਼ਕੋ ਮਤਲਬ ਉਹ ਗਾਰੇ ਗੂਰੇ ਦੇ ਵਿੱਚ ਦੀ ਛਾਲਾ ਮਾਰਦਾ ਹੀ ਲੰਘਿਆ ਆ ਪੂਰੀ ਘੈਂਟ ਆ ਚੀਜ਼ ਦਰਸ਼ਕੋ ਇਹ ਦੇਖ ਰਹੇ ਸੀ ਤੁਸੀਂ 1964 ਮਾਡਲ ਜਾਊਗਾ ਸੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਮਿਹਰਬਾਨੀ ਬੈਸ ਸਾਹਿਬ ਤੁਹਾਡਾ ਵੀ ਧੰਨਵਾਦ ਆਜੋ ਬਾਹਰ ਨੂੰ ਤੇ ਸਿਰਾ ਚੀਜ਼ ਆ ਮੈਂ ਕਹਿੰਦਾ ਵੀ ਕਮਾਲ ਹੋ ਗਿਆ ਹਨਾ ਆਫ ਰੋਡਿੰਗ ਫਿਰ ਇਹਨੂੰ ਹੀ ਕਹਿੰਦੇ ਆ ਇਹਨੂੰ ਕਹਿੰਦੇ ਆ ਮਿਹਰਬਾਨੀ ਧੰਨਵਾਦ ਲਾਸਟ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਕਨਕਲੂਜਨ ਕਹਿੰਦੇ ਆ ਨਾ ਵੀ ਨਿਚੋੜ ਹਾਂ ਵੀਡੀਓ ਦਾ ਜੀ ਨਿਚੋੜ ਨਿਕਲ ਗਿਆ ਨਿਚੋੜ ਨਿਕਲ ਗਿਆ ਉਦਾਂ ਵੀ ਨੁਚੜ ਗਿਆ ਇਹ ਸਾਰਾ ਸਹੀ ਆ ਜਿੱਦਾਂ ਮਰਜ਼ੀ ਵੀਰੇ ਆਪਾਂ ਗੱਲਾਂ 'ਚ ਕਹੀ ਜਾਂਦੇ ਜਦ ਤੱਕ ਰਿਜ਼ਲਟ ਦਿਖਾਉਂਦੇ ਨਹੀਂ ਆਪਣੇ ਵਿਊਰ ਨੂੰ ਉਹਨਾਂ ਚਿਰ ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਣਾ ਪਤਾ ਨਹੀਂ ਸੀ ਲੱਗਣਾ ਇਸ ਕਰਕੇ ਇੰਨੀ ਜ਼ਰੂਰੀ ਸੀ ਵੀਰੇ ਥੈਂਕ ਯੂ ਭਰਾ ਮੇਰਾ ਥੈਂਕ ਯੂ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ